ਤੂੰ ਨਿਕਲ ਜਾ, ਟੱਪ ਜਾ ਕੋਠਾ ਤੂੰ। ਕੋਈ ਗੱਲ ਨੀ ਸਾਹਿਬ, ਇੱਧਰ ਆ ਜਾਓ, ਚਾਹ ਪਾਣੀ ਛਕ ਲਓ। ਕੋਈ ਨਹੀਂ, ਕੋਈ ਨੀ, ਕਰੋ ਤੁਸੀਂ ਆਪਣਾ। ਸੱਚੀ ਬਚ ਗਏ ਆ, ਮੇਰਾ ਤੇ ਇੱਕ ਰੰਗ ਜਾਵੇ ਤੇ ਇੱਕ ਆਵੇ, ਇੱਕ ਤੇ ਸਾਡੇ ਸੱਚੀ ਸੰਮਨ ਹੁੰਦੇ ਨਾ, ਸਾਰੇ ਟੱਬਰ ਟੰਗਿਆ ਜਾਣਾ। ਛੇਤੀ ਤੋਂ ਛੇਤੀ ਕੰਮ ਨਿਬੇੜ ਕੇ ਤੇ ਵਿਹਲੇ ਹੋਈਏ। ਤੂੰ ਕੀਜੇ, ਕੱਲ ਨੂੰ ਹੀ ਕੰਮ ਨਿਬੇੜੋ, ਕੱਲ ਨੂੰ ਹੀ ਜਾ, ਜਿਹੜਾ ਕੰਮ ਨਿਬੇੜਨ ਵਾਲਾ ਨਿਬੇੜ ਲੈ। ਤੁਹਾਡਾ ਮੁੰਡਾ ਇੰਨਾ ਨਕੰਮਾ ਹੈ, ਸ਼ੁਕਰ ਕਰੋ ਮੈਂ ਉਹਨੂੰ ਰਿਸ਼ਤਾ ਕਰਾਤਾ ਹੈ। ਨਾ ਉਹ ਨਾ ਤੁਸੀਂ ਚਿੰਤਾ ਕਰੋ, ਅੰਗੂਠਾ ਤੇ ਮੈਂ ਲਵਾਉਂਗਾ, ਉਹ ਵੀ ਚੰਗੀ ਤਰ੍ਹਾਂ। ਕੀ ਤੂੰ ਆਜੋ ਆਜੋ, ਆਹੀ ਕਮਰਾ ਵਾ। ਜੱਗੀ ਜਾਓ ਤੁਸੀਂ ਦੋਵੇਂ ਜਾਣੇ, ਗੱਡੀ ਗੁੱਡੀ ਦਾ ਪ੍ਰਬੰਧ ਕਰੋ ਤੇ ਓਨੀ ਦੇਰ ਇਹਨੂੰ ਨਾ ਠਾ ਕੇ ਬਾਹਰ ਲਿਆਉਂਦੇ ਅਸੀਂ। ਹੈ ਨੀ ਕੋਮਲ, ਸੈਨ ਕਰਾਇਆ ਨੂੰ ਤੇ ਵਾਹਵਾ ਦਿਨ ਹੋ ਗਏ ਨੇ, ਹੁਣ ਤੇ ਕੋਰਟ 'ਚ ਵੀ ਚਲ ਗਿਆ ਹੋਣਾ ਤਲਾਕ। ਕੁੜੀ ਵਾਲਿਆਂ ਨਾਲ ਗੱਲ ਕਰਨੀ ਸੀ, ਤੋਰੀ ਆ ਕਿ ਨਹੀਂ ਕੋਈ ਗੱਲ? ਕੋਈ ਨਹੀਂ ਮੰਮੀ, ਮੈਨੂੰ ਵੀ ਪਤਾ ਤਲਾਕ ਹੋ ਗਿਆ, ਕਰਦੀ ਆ ਗੱਲ ਅੱਗੇ। ਕਰਨੀ ਹੋਈ ਹੈ, ਕਰਨੀ ਕਿਉਂ ਨਹੀਂ? ਹੋਰ ਕਰ ਫਿਰ, ਕਦੋਂ ਕਰਨੀ ਆ? ਮੇਰਾ ਤੇ ਚਾਹ ਹੀ ਦੂਰਾ ਰਹਿ ਗਿਆ, ਮੈਂ ਵੀ ਪਾਣੀ ਵਾਰ ਕੇ ਪੀਵਾਂ। ਚਾਹ ਤਾਂ ਮੰਮੀ ਜਿਹੜੀ ਤੁਸੀਂ ਪੂਰੇ ਕਰਨੇ ਕਰ ਲਿਓ, ਆ ਜਿਹੜੀ ਹਸਪਤਾਲੋਂ ਲਿਆਂਦੀ ਪਹਿਲਾਂ ਵੇਖ ਲਓ ਠੀਕ ਵੀ ਹੈਗੀ ਕਿ ਨਹੀਂ, ਉੱਠੀ ਆ ਕਿ ਨਹੀਂ। ਚੁੱਪ ਕਰ ਲਈ, ਮੇਰੀ ਤੇ ਆਵਾਜ਼ ਨਹੀਂ ਨਿਕਲ ਰਹੀ, ਮੈਂ ਆਪੇ ਕਹਿ ਲੈਣੀ ਆ। ਨਹੀਂ ਸੁਮਨ ਹੈ। ਹਾਂਜੀ ਮੰਮੀ ਆਈ। ਮੈਂ ਤੇ ਚੰਗਾ ਤੈਨੂੰ ਭੇਜਿਆ ਅੰਦਰ, ਤੇ ਚਾਲ ਚੱਲਣ ਵੇਖ ਲਈ, ਤੂੰ ਤੇ ਬਹਿ ਹੀ ਗਈ ਅੰਦਰ। ਜਾ ਕੀ ਗਈ ਆ ਮੰਮੀ? ਮੈਂ ਤੇ ਉਹਦੇ ਵੱਲ ਵੇਖ ਕੇ ਹੈਰਾਨ ਹੋ ਗਈ, ਉਹ ਤੇ ਮਹਾਰਾਣੀ ਬਣ ਕੇ ਬੈਠੀ। ਜਿਹੜੀ ਦੂਜੀ ਲਿਆਉਣੀ ਉਹਨੇ ਤੇ ਓਦਾਂ ਨੀ ਟਿਕਣਾ। ਹੋਰ ਇਹ ਗੱਲ ਨਾ ਹੋਏ, ਤੁਸੀਂ ਇਹਦਾ ਮੂੰਹ ਵੇਂਦੇ ਰਹੋ ਸਾਰੇ ਤੇ ਉਧਰੋਂ ਮੇਰੀ ਬੇਇੱਜ਼ਤੀ ਹੋ ਜੇ। ਸਾਂਭ ਲੋ ਇਹਨੂੰ ਟਾਈਮ ਨਾ। ਚੁੱਪ ਕਰ ਲਈ ਕੋਮਲ, ਤੇਰੀ ਨੀ ਮੈਂ ਬੇਇੱਜ਼ਤੀ ਹੋਣ ਦਿੰਦੀ। ਜੇ ਇਹੋ ਗੱਲ ਆ ਨਾ, ਉਹਨੂੰ ਭੁਲੇਖੇ ਚ ਨਾ ਰੱਖੋ, ਇਹ ਕੰਨੀ ਕੱਢ ਦੋ, ਤੇਰਾ ਤਲਾਕ ਹੋਇਆ। ਭਾਬੀ ਤੂੰ ਚੁੱਪ ਕਰ, ਬਹੁਤੀ ਸਿਆਣੀ ਨਾ ਬਣ, ਅਸੀਂ ਕੋ ਕੁਝ ਦੇ ਕੰਨਾਂ ਚ ਕੱਢੀਏ, ਆਪੇ ਸੁੱਖੀ ਕੱਢੇ ਨਾ ਕੱਢੇ। ਮੈਨੂੰ ਨਹੀਂ ਜੇ ਪਤਾ, ਜਿੰਨੇ ਵੀ ਕਰਨੀ ਆ ਨਾ ਗੱਲ ਤੇ ਕਰੋ ਛੇਤੀ, ਬੁਲਾਓ ਉਹਨੂੰ ਸੁੱਖੀ ਨੂੰ, ਉਹ ਵੀ ਕਿੱਥੇ ਗਿਆ ਏ। ਸ਼ੁਕਰ ਆ ਰੱਬਾ, ਕਿਤੇ ਤੂੰ ਵੀ ਮੇਰੇ ਚੰਗੇ ਦਿਨ ਲਿਆਂਦੇ, ਨਹੀਂ ਤੇ ਨਾ ਅੱਜ ਤੱਕ ਮੈਂ ਆਪਣੀ ਮਾਂ ਤੋਂ ਬਾਅਦ ਨਾ ਸਿਰਫ ਦੁੱਖ ਤੇ ਦੁੱਖ ਹੀ ਦੇਖੇ ਆ। ਹੁਣ ਮੈਂ ਵੀ ਕੋਈ ਆਪਣੇ ਪਰਿਵਾਰ ਵਾਲੀ ਹੋਈ ਆ, ਕੋਈ ਆਪਣੇ ਭੈਣ ਭਰਾਵਾਂ ਵਾਲੀ ਹੋਈ ਆ, ਕੋਈ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰਨ ਵਾਲਾ ਆ। ਸਾਰੇ ਬਾਹਰ ਬੈਠੇ ਆ, ਮੈਂ ਵੀ ਨਾ ਜਾ ਕੇ ਬਾਹਰ ਬੈਠਾ ਉਹਨਾਂ ਕੋਲ। ਜੇ ਮੈਂ ਰਲ ਕੇ ਰਹੂੰਗੀ ਤਾਂ ਹੀ ਉਹ ਮੇਰੇ ਨਾਲ ਘੁਲੂ ਮਿਲੂਗੇ, ਤਾਂ ਹੀ ਹੋਰ ਮੇਰਾ ਪਿਆਰ ਵਧੂਗਾ ਉਹਨਾਂ ਨਾਲ। ਤਿਆਰ ਹੋ ਕੇ ਖੁੱਲ ਗਈ ਹੈ ਤੇਰੀ ਜਾਗ? ਹਾਂਜੀ ਮੰਮੀ ਜੀ। ਠੀਕ ਆ, ਸਿਹਤ ਸੂਤ ਠੀਕ ਹੈ ਤੇਰੀ? ਚਾਹ ਬਣਾਉਣ ਜੋਗੀ ਹੋ ਗਈ ਹੈ? ਹਾਂਜੀ ਮੰਮੀ, ਹੁਣ ਤੇ ਠੀਕ ਆ ਬਿਲਕੁਲ। ਮੰਮੀ ਜੀ ਮੈਂ ਤੇ ਉਦਣ ਹੀ ਠੀਕ ਹੋ ਗਈ ਸੀ ਜਿੱਦਣ ਦੀਦੀ ਹੋਣੀ ਮੈਨੂੰ ਹੋਸਪਿਟਲ ਇੰਨੇ ਪਿਆਰ ਨਾਲ ਲੈਣ ਗਏ ਸੀ। ਆਹੋ ਲਿਆਉਣਾ ਤੇ ਪੈਣਾ ਸੀ ਸਾਨੂੰ, ਗੱਲ ਪਿਆ ਹੁਣ ਢੋਲ ਵਜਾਉਣਾ ਹੀ ਪੈਣਾ। ਮੰਮੀ ਤੁਸੀਂ ਵੀ ਕਿਹੜੀਆਂ ਗੱਲਾਂ ਚ ਪੈ ਗਏ ਆ, ਤੂੰ ਜਾ ਤੇ ਚਾਹ ਬਣਾ ਲਿਆ ਸਾਡੇ ਸਾਰਿਆਂ ਲਈ। ਠੀਕ ਹੈ ਦੀਦੀ। ਸੁਮਨ ਕਿਵੇਂ ਸਾਡੇ ਚ ਘੁਲਣ ਮਿਲਣ ਵਾਸਤੇ ਆਈ ਆ? ਹੈਂ, ਇਹਨੂੰ ਇੰਨਾ ਨਹੀਂ ਪਤਾ ਅਸੀਂ ਇਹਦੇ ਨਾਲ ਕੀ ਖੇਡ ਖੇਡੀ ਆ। ਹਲੋ ਮੰਮੀ, ਸਮੋਸੇ
ਗਰਮਾ ਗਰਮ ਕੱਢਣ ਦਿਆ ਤੇ ਮੈਂ ਚੱਲ ਲੈ ਚੱਲਦੇ ਆ ਖਾਓ। ਆ ਤੇ ਮੁੰਡਿਆ ਤੂੰ ਵਧੀਆ ਕੀਤਾ, ਹੁਣੇ ਮੈਂ ਚਾਹ ਰਖਵਾਈ ਸੀ। ਚਾਹ ਕਿੰਨੇ ਧਰੀ ਆ? ਸਾਰੀਆਂ ਤੇ ਇੱਥੇ ਬੈਠੀਆਂ ਨੇ। ਉਹ ਜਿਹੜੀ ਅੰਦਰ ਪਈ ਆ ਉਹਨੂੰ ਕਿਹਾ ਚਾਹ ਬਣਾ। ਅੱਛਾ ਮੰਮੀ ਚਾਹ ਤੇ ਧਰਾਈ ਆ ਤੇ ਸੁੱਕੀ ਨੀ ਲੱਭਣ ਦਿਆ, ਉਹ ਕਿੱਥੇ ਆ? ਇਹ ਜੱਗੀ ਸੁੱਕੀ ਤੇ ਗਿਆ ਈ ਡਾਕਟਰ ਕੋਲ, ਖਰੇ ਕੋਈ ਰਿਪੋਰਟ ਰਹਿ ਗਈ ਸੀ ਉਹ ਲੈਣ ਗਿਆ ਈ। ਤੂੰ ਵੇਖਣ ਦੀ ਮੂੰਹ ਵੱਲ, ਤੂੰ ਵੀ ਲੈ ਲਾ ਸਮੋਸਾ ਖਾ ਲਾ। ਨਹੀਂ ਛੱਡ ਠਾ, ਐਵੇਂ ਨਾ ਖਾਈ, ਇੰਨੇ ਪੈਸੇ ਅੱਗੇ ਲਾਏ ਤੇ ਇੱਥੇ। ਦਿਮਾਗ ਤੋਂ ਕੰਮ ਲਿਆ ਕਰ, ਤੈਨੂੰ ਆਪਣੇ ਆਪ ਪਤਾ ਹੀ ਨਹੀਂ ਲੱਗਦਾ। ਹੁਣ ਖਲਾਰਾ ਚੁੱਕ ਲੈ, ਭਾਂਡੇ ਜੂਠੇ ਨੇ ਲੈ ਜਾ ਚੁੱਕ ਕੇ। ਲੈ ਵੇ ਜੱਗੀ, ਅੱਜ ਲੱਗਦਾ ਮੈਨੂੰ ਮੀਂਹ ਆ ਜਾਏਗਾ। ਦੱਸਿਆ ਨਾ ਤੇ ਉਹ ਹੁਣ ਹੋਲੀਆਂ ਕਰਕੇ ਮੀਂਹ ਆਉਣਾ। ਕੀ ਹੋਇਆ, ਬੜਾ ਹੰਬਿਆ ਆਉਣ ਡਿਆ ਏ? ਹੰਬਿਆ ਤੇ ਮੈਂ ਆਇਆ ਹੀ ਆ, ਨਵਾਂ ਪੰਗਾ ਪੈ ਗਿਆ ਜੀ ਇੱਕ। ਪੰਗਾ? ਹੁਣ ਕਾਹਦਾ ਨਵਾਂ ਪੰਗਾ ਪੈ ਗਏ? ਕੀ ਦੱਸਾਂ, ਡਾਕਟਰ ਕਹਿੰਦਾ ਵਾ ਤੇਰੀ ਘਰ ਵਾਲੀ ਮਾਂ ਬਣਨ ਵਾਲੀ ਆ। ਪੈ ਗਿਆ ਜੇ ਸਿਆਪਾ, ਚਾੜਤਾ ਹੀ ਨਵਾਂ ਚੱਲ ਨਹੀਂ ਆ। ਆਏ ਕੰਜਰਾ, ਨਾ ਹੁਣ ਉਹਨੂੰ ਕੱਢਣ ਜੋਗੇ ਤੇ ਨਾ ਹੁਣ ਰੱਖਣ ਜੋਗੇ। ਇਹ ਕੰਜਰਾ ਜਿਹੜਾ ਕੋਮਲ ਵੱਲ ਸਾਈ ਵਧਾਈ ਲਾਈ ਆ, ਉਹਦਾ ਹੁਣ ਕੀ ਕਰਨਾ ਈ ਆ? ਤੂੰ ਤੇ ਸਾਨੂੰ ਕਿਤੇ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ। ਮੰਮੀ ਤੁਸੀਂ ਮੂੰਹ ਵਿਖਾਉਣ ਦੀ ਗੱਲ ਕਰਨ ਡੇ ਜੀ, ਇਹਨੇ ਕਦੀ ਸੁੱਖ ਦਾ ਸਾਹ ਸਾਨੂੰ ਆਉਣ ਦਿੱਤਾ ਤੇ ਨਾ ਇਹਨੇ ਆਉਣ ਦੇਣਾ ਹੈ। ਤੁਸੀਂ ਨਾ ਵਧਾਈਆਂ ਵਧਾਈਆਂ ਵਾਲੇ ਚਿੱਠੇ ਪਾੜ ਹੀ ਦਿਓ, ਮੈਂ ਨਹੀਂ ਜੀ ਕਰਦੀ ਗੱਲ। ਇੱਥੇ ਜਿਹੜੀ ਇਹ ਸਵਾਹ ਪਾਉਂਦਾ ਹੀ ਪਾਉਂਦਾ, ਉੱਥੋਂ ਵੀ ਮੇਰੀ ਮਿੱਟੀ ਪਲੀਤ ਕਰਾਊਗਾ, ਮੈਂ ਨਹੀਂ ਕਰਾਉਣਾ। ਕਰਾਉਣਾ ਕੋਮਲ, ਗੁੱਸੇ ਚ ਨਾ ਸਾਰੇ ਹੱਲ ਹੋ ਜਾਂਦੇ ਹੁੰਦੇ ਨੇ, ਇਹ ਗੱਲ ਦਾ ਵੀ ਹੱਲ ਕੱਢ ਲਾਂਗੇ। ਜਾਵਾਂਗੇ ਅਸੀਂ ਡਾਕਟਰ ਕੋਲ, ਕਰ ਲਾਂਗੇ ਪਤਾ ਸਭ ਕੁਝ, ਕੋਈ ਗੱਲ ਨਹੀਂ। ਨੀ ਸੁਮਨ, ਤੂੰ ਹੱਲ ਦੀ ਗੱਲ ਕਰਨ ਡਈ ਏ, ਹੁਣ ਇਹ ਨੀ ਪਤਾ ਟਾਈਮ ਕਿੰਨਾ ਆ। ਟਾਈਮ ਮੰਮੀ ਕਿੰਨਾ ਕੁ ਹੋਣਾ ਵਾ, 2 ਮਹੀਨੇ ਤੇ ਸਾਡੇ ਵਿਆਹ ਨੂੰ ਹੋਏ ਨੇ। ਨੀ ਕਿਹੜੀ ਵਿਆਹ ਕੇ ਲਿਆਂਦੀ ਏ, ਨਿਕਲ ਕੇ ਆਈ ਏ, ਸਾਡੀ ਜਾਨ ਨੂੰ ਸਿਆਪੇ ਵਾਧੂ ਦੇ ਪਾਏ। ਮੇਰੀ ਸੁਣ ਲਓ ਗੱਲ, ਇਹਦੇ ਕੰਨੀ ਨਾ ਖਬਰ ਪਏ ਤੇ ਚੁੱਪ ਚਾਪ ਨਾ ਡਾਕਟਰ ਨਾਲ ਸਲਾਹ ਕਰਕੇ ਨਾ ਇਹ ਵੀ ਕੰਮ ਦਾ ਹਿੱਲਾ ਕਰੋ। ਮੈਂ ਤੇ ਉੱਥੇ ਦੱਸਿਆ ਵੀ ਨਹੀਂ ਆ ਵੀ ਮੁੰਡਾ ਵਿਆਹਿਆ ਏ, ਜੇ ਇਹ ਕੰਮ ਰਿਹਾ ਵਿੱਚ ਤੇ ਉਹਨਾਂ ਨੇ ਤੇ ਹਾਮੀ ਨਹੀਂ ਭਰਨੀ। ਇਹ ਨਾ ਤਾਂ ਹੀ ਦੇਖਦੀ ਰਹਿੰਦੀ ਰਹਿੰਦੀ ਜੇ, ਅਸੀਂ ਕਹਿੰਦੇ ਅਸੀਂ ਸੱਟ ਕਰਕੇ, ਪਰ ਸੱਟ ਕਰਕੇ ਨਹੀਂ ਹੈਗੀ ਆਹ ਗੱਲ, ਤਦ ਪਈ ਰਹਿੰਦੀ ਢਿੱਲੀ ਜਿਹੀ ਹੋ ਕੇ। ਮੰਮੀ ਜੋ ਹੋਣਾ ਸੀ ਉਹ ਹੋ ਗਿਆ ਤੇ ਇੱਥੇ ਗੱਲ ਨੱਪ ਦੋ, ਉਹਦੇ ਪੇਕਿਆਂ ਤੱਕ ਨਾ ਗੱਲ ਪਤਾ ਲੱਗ ਜੇ। ਜੇ ਉਹਦੇ ਪਿਓ ਨੂੰ ਗੱਲ ਪਤਾ ਲੱਗ ਗਈ ਤੇ ਉਹਨੇ ਇਹਦੇ ਪੱਖ ਚ ਆ ਜਾਣਾ ਜੇ। ਆਲੋ ਸੁੱਖੀ ਪਾਣੀ ਲੈ ਲਓ। ਲੈ ਜਾ ਇਹਨੂੰ, ਮੈਂ ਨਹੀਂ ਪੀਣਾ। ਕੀ ਹੋ ਗਿਆ ਸੁੱਖੀ ਨੂੰ? ਹੁਣੇ ਤੇ ਸਾਰੇ ਚੰਗੇ ਭਲੇ ਸੀ, ਇੱਕਦਮ ਹੀ ਇਹਨਾਂ ਦੇ ਸਾਰਿਆਂ ਦਾ ਮੂਡ ਖਰਾਬ ਹੋ ਗਿਆ। ਤੁਸੀਂ ਮੇਰੇ ਸੱਚੇ ਪਾਤਸ਼ਾਹ, ਤੁਸੀਂ ਮੇਰੇ ਘਰ ਦੀ ਲਾਜ ਰੱਖਣੀ ਹੈ ਮੇਰੇ ਸੱਚੇ ਪਾਤਸ਼ਾਹ ਜੀ। ਵਾਹਿਗੁਰੂ ਵਾਹਿਗੁਰੂ। ਤੇਰੇ ਹੱਥੀ ਡੋਰ ਹੀ ਹੁਣ ਆ ਤੇ ਮੁੰਡੇ ਨੇ ਆ ਕੇ ਕੋਈ ਨਵਾਂ ਹੀ ਚੱਕਰ ਸੁਣਾਤਾ ਮੈਨੂੰ। ਝੱਤਰੀ ਜੀ ਲੱਗ ਗਈ ਹੈ, ਕਿਹੜੇ ਚੱਕਰਾਂ ਚ ਪੈ ਗਏ ਆ? ਹਜੇ ਤੇ ਪਹਿਲਾਂ ਨਹੀਂ ਫਸੇ ਨਿਕਲੇ ਤੇ ਹੁਣ ਫੇਰ ਕਸੂਤੇ ਫਸ ਗਏ। ਕੁੜੀਏ ਆ ਗੱਲਾਂ ਸੁਣ ਕੇ ਤੇ ਮੇਰੀ ਬੁੱਧ ਮਾਤੀ ਵੱਜ ਗਈ ਹੈ, ਸੋਚਿਆ ਕੀ ਸੀ ਤੇ ਬਣ ਕੀ ਗਿਆ ਈ ਸਾਡੇ ਨਾਲ। ਹੋਰ ਕੀ ਮੰਮੀ, ਮੇਰੇ ਨਾ ਦਿਮਾਗ ਚ ਇੱਕ ਗੱਲ ਆਉਣ ਰਹੀ ਹੈ।
ਗੱਲ ਕਿਹੜੀ ਗੱਲ? ਕੱਲ ਵੇਖਿਆ ਜੇ ਕੋਮਲ ਨੇ ਨਾ ਸਾਨੂੰ ਠੋਕ ਕੇ ਜਵਾਬ ਦਿੱਤਾ ਵਾ ਕੱਲ। ਹੋਰ ਕੀ ਕੁੜੀਏ, ਉਹੀ ਤੇ ਚਿੰਤਾ ਖਾਣ ਡਈ ਮੈਨੂੰ ਵੀ। ਮੈਂ ਤੇ ਇਹ ਸੋਚਣ ਡਈ ਆ ਕਿਉਂ ਨਾ ਹੀ ਪਹਿਲਾਂ ਹੀ ਮੌਕਾ ਸਾਂਭ ਲਈਏ। ਆ ਕੋਮਲ ਦਾ ਕੀ ਪਤਾ ਵਾ ਇਹਨੇ ਕਿਹੜੇ ਵੇਲੇ ਪੈਰ ਪਛਾਣ ਕਰ ਲੈਣਾ ਵਾ। ਗੱਲ ਤੇ ਤੇਰੀ ਕੁੜੀਏ ਸਹੀ ਏ, ਪਰ ਕਰੀਏ ਕੀ? ਮੈਂ ਤੇ ਹੁਣ ਇਹ ਕਹਿੰਨੀ ਆ ਪਹਿਲਾਂ ਨਿਬੇੜੀਏ ਕੰਮ ਡਾਕਟਰ ਵਾਲਾ ਤੇ ਫੇਰ ਹੋਈਏ ਦੂਜੇ ਪਾਸੇ। ਗੱਲ ਤੇ ਤੇਰੀ ਕੁੜੀਏ ਠੀਕ ਆ, ਪਰ ਤਰਨ ਨੂੰ ਰਾਜੀ ਕਿਵੇਂ ਕਰਨਾ ਆ? ਇੱਕ ਨਾਲੇ ਆ ਉੱਪਰੋਂ ਕੋਮਲ, ਕੋਮਲ ਦੀ ਤੇ ਛੱਡੋ, ਇਹਨੂੰ ਤੇ ਆਪਾਂ ਮਨਾ ਲਾਂਗੇ। ਤੇ ਜਿਹੜੀ ਤਰਨ ਆ ਨਾ ਇਹਦੇ ਨਾਲ ਕੋਈ ਪੇਚਾ ਪਾਉਣਾ ਪੈਣਾ ਵਾ, ਐਡੀ ਵੀ ਨਿਆਣੀ ਨਹੀਂ ਹੈਗੀ ਜਿੱਡੀ ਇਹ ਸਮਝਦੇ ਆ। ਲਾ ਕੁੜੀਏ ਵੇਖਦੇ ਆ। ਚਲੋ ਤੁਰੋ। ਸਿਰ ਬੜਾ ਦਰਦ ਹੋਣ ਡਿਆ, ਚੱਕਰ ਹੀ ਆਈ ਜਾਣ ਦੇ, ਕੰਮ ਵੀ ਨਹੀਂ ਹੋਣ ਡਿਆ। ਮੰਮੀ ਇੱਧਰ ਕੀ ਬਣ ਗਿਆ ਵਾ? ਕੀ ਗੱਲ ਹੋਈ ਹੈ ਕੁੜੀਏ? ਕੁਛ ਨਹੀਂ ਮੰਮੀ, ਪਤਾ ਨਹੀਂ ਕਿਉਂ ਸਿਰ ਬੜਾ ਭਾਰਾ ਹੋਇਆ, ਚੱਕਰ ਹੀ ਆਈ ਜਾਣ ਡਿਆ, ਝਾੜੂ ਲਾਉਣ ਡੀ ਸੀ। ਮੰਮੀ ਕੀ ਗੱਲ ਹੋ ਗਈ, ਸਾਰੇ ਇਕੱਠੇ ਹੋਏ ਜੇ, ਕੂੜਾ ਵੀ ਰਾਹ ਚ ਹੀ ਪਿਆ ਵਾ। ਹੋਣਾ ਕੀ ਹੈ, ਗੁਰਦੁਆਰੇ ਆਉਣ ਡਏ ਸਾਂ, ਇਹ ਖਲੋਤੀ ਉਲਟੀਆਂ ਕਰਨ ਡਈ। ਉਲਟੀਆਂ ਕਿਤੇ ਉਹ ਗੱਲ? ਚਲ ਕੁਛ ਨਹੀਂ ਹੋਇਆ, ਠੰਡ ਠੁੰਡ ਲੱਗ ਗਈ ਹੋਣੀ ਹੈ। ਚਲੋ ਆਓ ਅੰਦਰ, ਚਲੋ ਅੰਦਰ ਬੋਲ ਨਹੀਂ ਕੁੜੀਏ, ਤੂੰ ਅੰਦਰ ਚੱਲ। ਨੀ ਕੋਮਲ, ਉਹਨੂੰ ਠੰਡ ਠੁੰਡ ਲੱਗੀ ਹੋਣੀ, ਦੋ ਚਾਰ ਸ਼ਵਾਰੇ ਦੇਣ ਕੇ ਦਿਓ ਉਹਨੂੰ। ਜੀ ਸ਼ਵਾਰੇ, ਉਹ ਕਿਉਂ? ਨੀ ਆਹੋ ਘਰ ਦੇ ਵੀ ਔਰ ਪੌੜ ਕਰੀ ਦਿੰਦੇ ਨੇ। ਆਓ ਮੈਂ ਤੁਹਾਨੂੰ ਦੱਸਾਂ। ਹੁਣ ਦੱਸੋ ਹਾਂ ਕਿਉਂ ਕਹਿਣ ਡੇ ਸ਼ਵਾਰੇ ਦੇਣ? ਕਮਲੀਓ ਡਾਕਟਰਾਂ ਵੱਲ ਨਹੀਂ ਭੱਜੀ ਦਾ, ਘਰ ਹੀ ਗਰਮ ਚੀਜ਼ਾਂ ਰਿੰਨ ਕੇ ਪਵਾ ਦਿੱਤੀਆਂ ਹੁੰਦੀਆਂ। ਇਹਦਾ ਤਾਂ ਉਲਟੀਆਂ ਵਾਲਾ ਕੰਮ ਸ਼ੁਰੂ ਹੋ ਗਿਆ, ਜਿਹਨੂੰ ਨਹੀਂ ਪਤਾ ਲੱਗਣਾ ਉਹਨੂੰ ਵੀ ਲੱਗ ਜਾਣਾ। ਚੁੱਪ ਕਰੋ, ਐਵੇਂ ਜਬਲੀਆਂ ਮਾਰਨ ਡੀਆਂ ਅਜੇ, ਹੁੰਦਾ ਕੰਮ ਸਾਰੋ ਸ਼ਿਵਾਰੇ ਤੇ ਨਾਲ ਮਿੱਥਰੇ ਰਿੰਨ ਲਈ, ਦੁੱਧ ਚ ਪਾ ਕੇ ਕਾਢ ਕੇ ਤੇ ਪਿਆਓ ਉਹਨੂੰ, ਆਪੇ ਹੋ ਜਾਏਗਾ ਕੰਮ ਸਾਰਾ ਸੈੱਟ। ਜਾ ਤੂੰ, ਤੇ ਹੁਣ ਤੁਸੀਂ ਜੋ ਦੱਸਿਆ ਨਾ ਚੱਲ ਠੀਕ ਹੈ, ਪਰ ਹੁਣ ਭਾਬੀ ਵੀ ਬੈਠੀ ਹੈ, ਜਿਹੜੀ ਅਸੀਂ ਸਲਾਹ ਨਹੀਂ ਕਰਕੇ ਆਏ ਬਾਹਰ, ਦੱਸੋ ਭਾਬੀ ਨੂੰ ਤੇ ਉਹਨੂੰ ਵੀ ਲੈਣ ਤੇ ਲਿਆਈਏ। ਕਿਹੜੀ ਗੱਲ ਨੀ? ਗੱਲ ਸੁਣੀ ਮੇਰੀ, ਤੈਨੂੰ ਮੈਂ ਸਮਝਾਉਣੀ ਆ। ਦੁੱਧ ਤੇ ਮੈਂ ਕਰ ਦਿੱਤਾ ਗਰਮ, ਸੁਮਨ ਨੂੰ ਆਵਾਜ਼ ਮਾਰਨੀ ਆ ਵੀ ਦੇ ਆ, ਰਾਤੀ ਤੇ ਕੋਮਲ ਦੇ ਆਈ ਸੀ ਤੇ ਹੁਣ ਤੂੰ ਫੜਾਇਆ, ਵਾਹ ਵਾਹ ਚੀਜ਼ਾਂ ਪਾਈਆਂ ਨੇ ਗਰਮ। ਸੁਮਨ ਕਿੱਥੇ ਆ? ਆ ਗਈ ਮੰਮੀ, ਆ ਗਈ, ਕੱਪੜੇ ਸੁੱਕਣੇ ਪਾਉਣ ਗਈ। ਸੁਮਨ ਫੜਾਇਆ ਉਹਨੂੰ ਦੁੱਧ ਗਰਮ ਫੜਾਈ ਆ। ਤੇ ਮੰਮੀ ਫੇਰ ਦੁੱਧ ਤੇ ਰਾਤੀ ਵੀ ਪਿਆ ਸੀ? ਕੋਈ ਨੀ, ਇਹਦੇ ਚ ਹੋਰ ਚੀਜ਼ਾਂ ਪਾਈਆਂ ਨੇ, ਰਾਤ ਵਾਲਾ ਤੇ ਸ਼ਵਾਰਿਆਂ ਵਾਲਾ ਸੀ, ਇਹਦੇ ਵਿੱਚ ਹੋਰ ਗਰਮ ਚੀਜ਼ ਪਾ ਕੇ ਲਿਆਂਦੀ ਹੈ ਮੈਂ, ਦੇ ਆ ਸੁਣ। ਸੁੱਤੀਆਂ ਹਲੇ ਤੱਕ, ਉੱਠ ਜਾ ਦੁੱਧ ਪੀ ਲਾ। ਸ਼ਾਬਾਸ਼। ਨਹੀਂ ਦੀਦੀ,
ਨਹੀਂ ਪੀਤਾ ਜਾਣਾ ਸੱਚੀ, ਮੈਨੂੰ ਉਲਟੀ ਆ ਜਾਣੀ ਆ ਫਿਰ। ਕਿੱਦਾਂ ਉਲਟੀ ਆ ਜਾਊਗੀ? ਮੰਮੀ ਨੇ ਪਤਾ ਇਹਦੇ ਵਿੱਚ ਕਿੰਨਾ ਵਧੀਆ ਵਧੀਆ ਸਮਾਨ ਪਾਇਆ ਵਾ, ਛੁਹਾਰੇ ਕਈ ਕੁਛ ਪਾਇਆ ਮੰਮੀ ਨੇ, ਇੰਨਾ ਰੋ ਦੁੱਧ ਰਿੰਨ ਕੇ ਦਿੱਤਾ ਤੈਨੂੰ, ਫੜ ਫੜ। ਠੀਕ ਹੈ ਤਗੜੀ ਹੋ, ਚੱਲ ਉੱਠ, ਸ਼ਾਬਾਸ਼। ਆ ਕੀ ਕਰ ਗਈ ਹੈ, ਸਾਰਾ ਹੀ ਰੋੜ ਗਈ ਆ, ਮੰਮੀ ਦੀ ਮਿਹਨਤ ਬੇਕਾਰ ਗਈ ਆ। ਦੱਸ ਕੀ ਹੋ ਗਿਆ, ਫਿਰ ਵੱਜੀ ਜਾਂਦੀ ਪਈ ਹੈ। ਹਾਏ ਨੀ ਸੁਮਨ, ਸੁਮਨ ਇਹਨੂੰ ਕੀ ਹੋਇਆ ਹੈ? ਹੁਣ ਆ ਕੀ ਹੈ, ਉਹ ਤਾਂ ਸੁੰਘ ਕੇ ਦੁੱਧ ਰੋੜ ਆਈ ਹੈ ਸਾਰਾ, ਪੀਤਾ ਹੀ ਨਹੀਂ ਉਹਨੇ। ਆ ਬੇੜਾ ਤਰਜੇ ਕਿਤੇ ਇਹਦਾ, ਮੈਨੂੰ ਤਾਂ ਲੱਗਦਾ ਇਹਨੇ ਬਿਪਤਾ ਪਾਉਣੀ ਸੱਤ ਕਵਿੰਜਾ ਸਾਡੇ ਤੇ। ਕਰਨਾ ਕੀ ਹੈ, ਇਹ ਸੋਚੋ, ਉਹਨੇ ਤਾਂ ਪੀਤਾ ਹੀ ਨਹੀਂ ਆ, ਹੁਣ ਕੀ ਕਰਨਾ। ਮੰਮੀ ਇਹ ਚਾਹ ਰਹੇ ਨੇ ਤੁਹਾਡੇ ਚੱਲਣੇ, ਜਿਹੜੇ ਟੁੱਟ ਕੇ ਤੁਸੀਂ ਕਰਨ ਡਏ ਨੇ, ਇਹਨਾਂ ਨਾਲ ਨਹੀਂ ਗੱਲ ਬਣਨੀ, ਇਹਨੂੰ ਡਾਕਟਰ ਕੋਲ ਲੈ ਕੇ ਜਾਓ, ਮੁੜ ਕੇ ਉਹ ਨਾ ਹੋਵੇ, ਟਾਈਮ ਜ਼ਿਆਦਾ ਹੋ ਜਾਏ ਤਾਂ ਵਕਤ ਨੂੰ ਖੜੇ ਜਾਈਏ। ਤੇਰੀ ਵੀ ਸਹੀ ਹੈ ਕੁੜੀਏ, ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹਦਾ ਟਾਈਮ ਕਿੰਨਾ ਕੁ ਟੱਪ। ਇੰਨੀ ਗੱਲ ਛੱਡੋ ਤੁਸੀਂ, ਅੱਜ ਕੱਲ੍ਹ ਬਥੇਰੇ ਰਾਹ ਨੇ, ਸਭ ਕੁਛ ਹੋ ਜਾਂਦਾ ਹੁੰਦਾ ਵਾ, ਤੁਸੀਂ ਨਾ ਸੁੱਖੀ ਨਾਲ ਗੱਲ ਕਰੋ ਤੇ ਡਾਕਟਰ ਨਾਲ ਗੱਲ ਕਰਕੇ ਆਏ। ਸਵੇਰ ਦਾ ਫਿਰ ਕਿੱਥੇ ਖੇ ਖਾਣ ਗਿਆ ਆਈ, ਕਰਦੀ ਮੈਨੂੰ ਫੋਨ, ਚਲ ਆਜੋ ਉੱਥੇ ਬਹਿ ਕੇ ਗੱਲ ਕਰ ਲਓ। ਚਲੋ ਕਰੀਏ। ਹੈਲੋ ਵੇ ਕਿੱਥੇ ਆ ਤੂੰ, ਜੇ ਤੂੰ ਯਾਰਾ ਦੋਸਤਾਂ ਲੱਗੇ ਰਿਹਾ ਕਰ, ਸਾਨੂੰ ਬਿਪਤਾ ਪਾ ਕੇ ਤੇ ਆਪ ਤੂੰ ਬਾਹਰ ਬੈਠਾ ਵਾ, ਚੱਲ ਘਰ ਆ ਛੇਤੀ। ਆਹੋ ਮੰਮੀ ਨੇ ਕਿਹਾ ਵਾ, ਚੱਲ ਆ। ਇੰਨੀ ਜਿੱਦ ਫੜੀ ਹੈ ਨਾ, ਸਾਬਣ ਲੈ ਕੇ ਆਈ ਆ, ਇਹਨੂੰ ਤਾਂ ਐਂ ਵੀ ਬਿਸਕੁਟ ਲੈ ਆਈ ਹੈ, ਮੈਨੂੰ ਦੇ ਦੇ ਨਾ। ਕੀ ਗੱਲ, ਤੁਸੀਂ ਬੜੀ ਸਬਰ ਲਾਈ ਹੈ ਸਵੇਰੇ ਸਵੇਰੇ, ਮੂੰਹ ਕਿਉਂ ਸੁੱਟੇ ਜੇ? ਰਾਤੀ ਮੰਮੀ ਨੇ ਦੁੱਧ ਦਿੱਤਾ ਪੀ ਲਿਆ ਹੀ ਉਹ, ਤੇ ਸਵੇਰੇ ਮੰਮੀ ਨੇ ਬਣਾਇਆ ਤੇ ਉਹਨੇ ਸੁੰਘ ਕੇ ਰੋਡ ਛੱਡਿਆਈ ਸਾਰਾ, ਉਹ 75 ਲੱਗੀ ਆ, ਮੈਂ ਦੁੱਧ ਤੈਨੇ ਪੀਤਾ ਨਹੀਂ, ਹੁਣ ਕੀ ਕਰੀਏ? ਮੈਨੂੰ ਤਾਂ ਸਮਝ ਨਹੀਂ ਆਉਂਦੀ, ਮੰਮੀ ਪਤਾ ਨਹੀਂ ਕਿਹੜੇ ਪੁਰਾਣੇ ਜੱਬਾਂ 'ਚ ਪਏ ਨੇ, ਇੱਦਾਂ ਟੁੱਟ ਕੇ ਨਹੀਂ ਚੱਲਦੇ ਹੁਣ, ਇੰਨੀਆਂ ਟੈਕਨੋਲੋਜੀਆਂ ਆ ਗਈਆਂ ਨੇ। ਜਾ ਕੇ ਨਾ ਡਾਕਟਰ ਕੋ ਵਿਖਾਓ, ਬਥੇਰਾ ਕੁਛ ਆ, ਕਰ ਲੈਣਾ ਹੀ ਲਾ ਉਹਨਾਂ ਨੇ ਆਪੇ, ਇੱਥੇ ਬਹਿ ਕੇ ਨਾ ਆਪਣੇ ਨਾਲ ਦਿਮਾਗ ਦੜਾਈ ਜਾਓ, ਕਿਸੇ ਨੇ ਕੁਝ ਸਲਾਹ ਦੇਣੀ, ਕਿਸੇ ਨੇ ਕੁਝ, ਡਾਕਟਰ ਕੋਲ ਹੀ ਜਾਓ। ਕੀ ਕੋਮਲ, ਇਹੋ ਗੱਲ ਤੇ ਮੈਂ ਇਹਨਾਂ ਨੂੰ ਕਹਿਣ ਡਈ, ਹੁਣ ਕੀਤਾ ਸੁਖੀ ਨੂੰ ਫੋਨ, ਲੱਗਾ ਆਉਣ ਉਹਨਾਂ ਨਾਲ ਕਰਦੇ ਆ ਗੱਲ। ਇੱਕ ਤੇ ਉਹਦੇ ਨਹੀਂ ਪੈਰ ਘਰ ਟਿਕਦੇ, ਹੁਣੇ ਮੈਂ ਵੇਖਿਆ ਮੁੰਡਿਆਣਾ ਜਾਂਦਾ, ਪਤਾ ਨਹੀਂ ਕਿਹੜੇ ਸੀ ਨਾਲ ਇਹਦੇ। ਕੋਈ ਨਹੀਂ, ਕੀਤਾ ਵਾ ਫੋਨ, ਹੁਣ ਆ ਜਾਂਦਾ ਵਾ। ਲੈ ਆ ਤੁਰਿਆ ਹੁੰਦਾ ਈ, ਬਾਵਾਂ ਮਾਰਦਾ। ਕਿੱਥੋਂ ਆਇਆ ਫਿਰਦਾ, ਸਾਡੀ ਜਾਨ ਨੂੰ ਸਿਆਪਾ ਪਾਇਆ ਈ, ਆਪ ਤੂੰ ਐਸ਼ ਕਰਦਾ ਫਿਰਨਾ। ਉਹ ਗੱਲ ਦੱਸੋ, ਹੋਇਆ ਕੀ ਆ, ਕਿੱਦਾਂ ਦਵਾਲੇ ਹੋਏ ਪਏ ਆ? ਤੈਨੂੰ ਨਹੀਂ ਪਤਾ ਕੀ ਹੋਇਆ, ਹੱਲ ਕੱਢ ਕੋਈ ਉਹਦਾ, ਦੂਜਾ ਵਿਆਹ ਕਰਾਉਣਾ ਹੀ ਕਿ ਨਹੀਂ ਕਰਾਉਣਾ, ਤੂੰ ਲਿਆਉਣੀ ਆ ਕਿ ਨਹੀਂ ਦੂਜੀ, ਹੈ ਕੋਈ ਵਾਕਫ ਤੇਰਾ ਡਾਕਟਰ, ਹੱਲ ਕੱਢ ਉਹਦਾ। ਮੈਂ ਤੇ ਨਾ ਜ਼ਹਿਰੀ ਦੇ ਦੇਣਾ ਵਾ ਜੇ ਹਾਂ ਗੱਲ ਵਾ ਤੇ। ਦੇਣਾ ਤੂੰ ਉਹਨੂੰ ਜ਼ਹਿਰ, ਅੱਗੇ ਸਿਆਪੇ ਥੋੜੇ ਪਾਏ ਨੇ ਸਾਡੀ ਜਾਨ ਨੂੰ, ਹੁਣ ਹੱਥ ਕੜੀਆਂ ਲੱਗਣ ਵਾਲੀਆਂ ਰਹਿ ਗਈਆਂ ਨੇ, ਉਹ ਵੀ ਲਵਾ ਦੇ। ਮੰਮੀ ਤੁਸੀਂ ਹੱਥ ਕੜੀਆਂ ਦੀ ਗੱਲ ਕਰਦੇ ਹੋ, ਉਦੋਂ ਜਿੱਦਣ ਪੁਲਿਸ ਆਈ ਉਦੋਂ ਵੇਖਿਆ ਇਹਦੇ ਵੱਲ ਕਿੱਦਾਂ ਕੋਠੇ ਟੱਪਦਾ ਸੀ, ਸਾਨੂੰ ਫਸਾ ਕੇ ਤੇ ਆਪ ਨਿਕਲ ਗਿਆ ਸੀ। ਵੇਖਾਂ ਤੈਨੂੰ ਮੈਂ ਰੋਕਿਆ ਸੀ ਭਾਬੀ, ਤੂੰ ਵੀ ਮੇਰੇ ਨਾਲ ਟਬੂਸੀਆਂ ਮਾਰਦੀ ਟੱਪ ਲੈਂਦੀ ਨਾਲ ਕੋਠੇ। ਗੱਲਾਂ ਬੜੀਆਂ ਹੁੰਦੀਆਂ ਤੈਨੂੰ, ਚੱਜ ਦਾ ਕੰਮ ਨਾ ਕਰੀ ਕਦੀ। ਸਾਰੀਆਂ ਗੱਲਾਂ ਛੱਡੋ, ਮੇਰੇ ਦਿਵਾਲੇ ਨਾ ਹੋਵੋ, ਮੈਨੂੰ ਇਹ ਦੱਸੋ ਮੈਂ ਕਰਾਂ ਕੀ। ਕਰਨਾ ਕੀ ਆ ਵੇ, ਲੈ ਜਾ ਇਹਨੂੰ ਡਾਕਟਰ ਕੋ, ਚਾਰ ਪੈਸੇ ਹੀ ਹੈ ਨਾ ਲੱਗ ਜਾਣਗੇ, ਪਰ ਹੱਲ ਤੇ ਹੋ ਜਾਊਗਾ। ਕੋਈ ਨਾ, ਕਰਦਾ ਮੈਂ ਕੋਈ ਹੀਲਾ, ਲੱਭਦਾ ਮੈਂ ਕੋਈ ਡਾਕਟਰ ਵਾਗਵ ਆਪਣਾ। ਆਹੋ ਆਹੋ ਕਰੋ ਛੇਤੀ ਹੱਲ ਡਾਕਟਰ ਨਾਲ ਗੱਲ ਕਰਕੇ, ਕੁੜੀ ਵਾਲਿਆਂ ਨਾਲ ਗੱਲ ਕਰਾਂ ਮੈਂ ਵੀ, ਉਹਨਾਂ ਨੂੰ ਵੀ ਲਾਰੇ ਲੱਪੇ ਲਾਏ ਨੇ ਕਦੋਂ ਦੇ, ਤੇ 1 ਤਰੀਕ ਮਿੱਥ ਕੇ ਤੇ ਇਹਦਾ ਵੀ ਠਾਕਾ ਲਾ ਦਈਏ। ਆਹਾਂ ਕੋਮਲ, ਇਹ ਤੇ ਹੱਲ ਹੋਇਆ ਹੀ, ਲੈ ਸਮਝ ਕਰ ਕੁੜੀ ਵਾਲਿਆਂ ਨੂੰ ਫੋਨ ਤੇ ਤਰੀਕ ਕਰ ਪੱਕੀ, ਜਾ ਵੀ ਸੁਖੀ ਕਰ ਕੋਈ ਗੱਲ, ਅਸੀਂ ਵੀ ਹੁਣ ਖੁਸ਼ੀਆਂ ਵਾਲੀ ਕੋਈ ਗੱਲ ਕਰਨੀ ਹੈ।